सरकार द्वारा पराली जलाने को लेकर की जा रही सख्ती के विरोध में शुक्रवार को गांव देसू मलकाना के किसानों ने दशहरा पर्व पर पराली का रावण रूपी सीएम मनोहर लाल का पुतला बनाकर फूंका और सरकार के खिलाफ नारेबाजी कर रोष जताया। किसान अजय सिंह ने कहा कि सरकार किसानों से पराली ना जलाने की बात कर रही है, लेकिन पराली ना जलाने के बाद उसका कोई विकल्प नहीं है, जिस कारण किसानों को मजबूरी में पराली जलानी पड़ती है। उन्होंने कहा कि पराली को खेतों में नष्ट करने अथवा बाहर निकालने के लिए प्रति एकड़ 6 से 7 हजार रुपए का खर्च आता है। उन्होंने कहा कि सरकार द्वारा डीजल के रेट दिन प्रतिदिन बढ़ रहे हैं और ऊपर से सरकार पराली ना जलाने का दबाव बना रही है। किसानों ने कहा कि पराली ना जलाने पर उसकी एवज में आने वाले खर्च को लेकर भी सरकार द्वारा कोई मदद नहीं की जा रही। किसान हुरमेल सिंह ने कहा कि यदि वे पराली नहीं जलाते तो वे समय पर गेहूं आदि फसल की बिजाई नहीं कर सकते, इसलिए उन्हें मजबूर होकर पराली को आग लगानी पड़ती है। उन्होंने कहा कि सरकार ने पराली ना जलाने का ये फैसला तो किसानों पर लागू कर दिया, लेकिन उसका विकल्प नहीं ढूंढा ताकि किसान सस्ते में पराली का समाधान कर सके। सरकार के आदेशानुसार यदि किसान पराली को ट्रैक्टर द्वारा खेतों में ही नष्ट कर देते हैं तो उस पर खर्च ज्यादा आता है, ऐसे में उन्हें नुकसान सहना पड़ेगा। किसान लखवीर सिंह ने कहा कि सरकार के इस फैसले के विरोध में दशहरा के पर्व पर पराली का रावण रूपी सीएम मनोहर लाल का पुतला बनाकर फूंका गया। उन्होंने कहा कि प्रदेश की सरकार में किसानों की कोई सुनवाई नहीं है, सरकार किसान विरोधी नीतियों को लागू कर किसानों को परेशान कर रही है। किसानों ने कहा कि वे फसल की बिजाई को लेकर पराली को जलाएंगे, चाहे सरकार उनका चालान काटे या फिर केस दर्ज करे। कालावाली से चानन सिंह गुर्जर की रिपोर्ट। ਜਿਹੜੀ ਪਰਾਲੀ ਆ ਸਾਡਾ ਕੋਈ ਇਹਦਾ ਹੱਲ ਨਹੀਂ ਸਾਡੇ ਕੋਲੇ, ਨਾ ਟਰੈਕਟਰਾਂ ਨਾਲ ਨਾ ਚੱਕਣ ਨਾਲ ਨਾ ਕਾਸੇ ਨਾਲ ਹੈ। ਚੱਕਣ ਵਾਸਤੇ ਵੀ ਸਿੱਟਣ ਨੂੰ ਵੀ ਕਿਤੇ ਸਰਕਾਰੀ ਥਾਂ ਸਿੱਟਣ ਨਹੀਂ ਦੇ, ਅਸੀਂ ਰੱਖੀ ਕਿਤੇ ਇਹਨਾਂ ਨੂੰ ਛੱਤਾਂ 'ਤੇ ਰੱਖੀਏ ਜਾਂ ਕਿਤੇ ਕਿੱਥੇ ਰੱਖੀਏ, ਰੱਖਣ ਨੂੰ ਕੋਈ ਜਗ੍ਹਾ ਨਹੀਂ ਸਾਨੂੰ ਸਰਕਾਰ ਦਿੰਦੀ। ਜਿੱਥੇ ਜਾਂਦੇ ਉੱਥੇ ਪਟਵਾਰੀ ਸਾਡੇ ਜਾ ਕੇ ਮਗਰ ਫੋਟੋਆਂ ਖਿੱਚ ਲੈਂਦਾ, ਕਿਤੇ ਸਾਨੂੰ ਸਿੱਟਣ ਨੂੰ ਸਾਂ ਵੀ ਨਹੀਂ ਦਿੱਤਾ ਅਤੇ ਮਚਾਉਣ ਨੂੰ ਵੀ ਨਹੀਂ ਸਾਨੂੰ ਮਚਾਉਣ ਦਿੰਦੇ। ਸਾਡੇ ਕੋਲ ਕੋਈ ਮਾਲ ਹੱਲ ਨਹੀਂ ਸਾਨੂੰ ਸਰਕਾਰ ਕਰ ਦਿੰਦੀ। ਸਾਨੂੰ ਇਹ ਪਰਾਲੀ ਦਾ ਬਹੁਤ ਵੱਡਾ ਦੁੱਖ ਹੈ। ਇਹ ਕਿਸਾਨ ਪਰਾਲੀ ਨੂੰ ਮਾਰੂਗੀ, ਕਿਸਾਨ ਨੂੰ ਪਰਾਲੀ, ਕਿਸਾਨ ਉਹ ਨਹੀਂ ਮਰਦਾ ਸੀ, ਪਰਾਲੀ ਮਾਰੂਗੀ ਕਿਸਾਨ ਨੂੰ। ਅਸੀਂ ਉਹਦਾ ਬੇੜਾ ਪੂਰਾ ਕਰ ਲੈਂਦੇ, ਸਾਨੂੰ ਆਹ ਜਿਹੜੇ ਖਰਚੇ ਪੈਣਗੇ ਇਹ ਸਾਨੂੰ ਬਹੁਤ ਠਿੱਠ ਕਰ ਦਿੰਦੇ, ਬਹੁਤ ਸਾਨੂੰ ਇਹ ਮਰ ਪਰੇਸ਼ਾਨੀ ਆਉਂਦੀ ਹੈ। ਸਾਡੇ ਨਾ ਆਲੂ ਬੀਜਣਾ ਨਾ ਸਾਡੀ ਕਣਕ ਬੀਜੇ, ਖਰਚਾ ਤਾਂ ਸਾਡਾ ਬੇਮੁੱਖਾ ਹੀ ਆਉਂਦਾ, 5-6 ਹਜ਼ਾਰ ਰੁਪਏ ਖਰਚਾ ਤਕਰੀਬਨ ਆਊਗਾ। ਫਿਰ ਵੀ ਹੱਲ ਨਹੀਂ ਤੁਹਾਡੇ ਕਿਸਾਨਾਂ ਕੋਲ, ਨਾ ਟਰੈਕਟਰ ਨਾ ਰੂਟਾ ਮੀਟਰ ਨਾ ਉਹਨਾਂ ਕੋਲ ਤਵੀਆ, ਨਾ ਕੋਈ ਉਹਨਾਂ ਕੋਲ ਕਿਰਾਇਆ ਵਿਚਾਰੇ ਕੀ ਗੱਲ ਹੱਲ ਕਰਨਗੇ, ਉਹਨਾਂ ਕੋਲ ਕੋਈ ਹਿਸਾਬ ਜੀ ਨਹੀਂ ਆਉਂਦੀ ਗੱਲ। ਪਰਾਲੀ ਦੇਸੂ ਮਲਕਾਣਾ ਸਾਰਾ ਪਿੰਡ ਸਾੜਾਂਗੇ, ਅਸੀਂ ਪਰਾਲੀ ਸਾੜਾਂਗੇ। ਹਾਂ, ਸਾਰੇ ਪਿੰਡ ਦਾ ਇੱਕ ਰਲ ਕੇ ਸਾਰੇ ਸਾੜਾਂਗੇ, ਜੋ ਸਾਡੇ ਤੇ ਸਰਕਾਰ ਨੇ ਕਰਨਾ ਤਾਂ ਜੋ ਕਰੇ। ਰਾਵਣ ਕੀ ਮਾਰਿਆ, ਖੱਟੜ ਮਚਾਇਆ, ਇਸੇ ਕਰਕੇ ਮਚਾਇਆ ਖੱਟੜ, ਵੀ ਖੱਟੜ ਸਰਕਾਰ ਸਾਨੂੰ ਤੰਗ ਕਰਦੀ ਹੈ, ਰਾਵਣ ਦੇ ਰੂਪ ਚ ਮਚਾਇਆ। ਅੱਜ ਵੀ ਰਾਵਣ ਮਚਾਇਆ ਤੇ ਅੱਜ ਖੱਟੜ ਮਚਾਤਾ, ਹੋਰ ਵੀ ਸਾਰੇ ਖੱਟੜ ਅੱਜ ਮੱਚੂਗਾ, ਰਾਵਣ ਨਹੀਂ ਮੱਚਦਾ, ਖੱਟੜ ਮੱਚੂ ਅੱਜ। ਮੋਦੀ ਨੂੰ ਮਚਾਉਣਗੇ ਤੇ ਖੱਟੜ ਨੂੰ ਮਚਾਉਣਗੇ, ਤੇ ਰਾਵਣ ਨੂੰ ਨਹੀਂ ਅੱਜ ਫੂਕਦੇ ਕੋਈ ਵੀ, ਰਾਵਣ ਨੂੰ ਝਾਕਦੇ ਨੀ। ਸਾਡਾ ਹੱਲ ਕਰਕੇ ਦੇਵੇ ਸਾਨੂੰ, ਕੋਈ ਨਾ ਕੋਈ ਸਰਕਾਰ ਦੇਵੇ ਤਾਂ ਅਸੀਂ ਆਪਦਾ ਹੜੀ ਬੀਜ ਲਈਏ। ਅਸੀਂ ਛੋਟੇ ਜ਼ਿਮੀਦਾਰ ਹਾਂ ਜੀ, 50 ਹਜ਼ਾਰ ਰੁਪਏ ਠੇਕੇ ਦੇ ਬੰਨ ਲੈਂਦੇ ਹਾਂ, ਸਭ ਉਹਦੇ ਵਿੱਚ ਖਰਚਾ ਉੱਤੇ ਪਾ ਕੇ ਪਰਾਲੀ 5 ਹਜ਼ਾਰ ਤਿਆਰ ਕਰਨ 'ਤੇ ਲੱਗਦਾ, ਸਾਨੂੰ ਬਚਦਾ ਕਿ 70 ਹਜ਼ਾਰ ਨੂੰ ਠੇਕਾ ਪੈ ਜਾਂਦਾ। ਇਹ ਖੱਟਰ ਸਾਹਿਬ ਦਾ ਬਹੁਤ ਵੱਡਾ ਗਲਤੀ ਹੈ ਜਿਹੜਾ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਾਉਣ ਦਾ, ਅਸੀਂ ਛਰੇ ਅੰਬਾ ਕੇ ਲਾਵਾਂਗੇ ਅਤੇ ਜੇ ਸਾਨੂੰ ਅਸੀਂ ਜੇਲ੍ਹਾਂ ਵਿੱਚ ਜਾਣ ਨੂੰ ਵੀ ਤਿਆਰ ਹਾਂ। ਖੱਟਰ ਸਾਹਿਬ ਨੂੰ ਆਖਿਆ ਵੀ ਕਰਜੀ ਕਰਨਾ ਕੋਈ ਕਰਨਾ ਮਰਜ਼ੀ, ਸਾਡੀ ਆਹੀ ਬੇਨਤੀ ਅੱਗ ਲਾਉਣ ਅਸੀਂ ਜਮ੍ਹਾਂ ਹੀ ਹਟਦੇ। ਇਸੇ ਕਰਕੇ ਅਸੀਂ ਪੁਤਲਾ ਫੂਕਿਆ ਗਿਆ ਜੀ, ਖੱਟਰ ਸਾਹਿਬ ਦਾ ਪੁਤਲਾ ਫੂਕਿਆ, ਲੋਕ ਰਾਵਣ ਦਾ ਫੂਕਦੇ ਆ। ਹਾਂਜੀ, ਅਸੀਂ ਪਰਾਲੀ ਵਾਸਤੇ ਇਕੱਠ ਕਰਿਆ ਜੀ, ਅਸੀਂ ਅੱਗ ਲਾਉਣ ਵਾਸਤੇ, ਵੀ ਸਾਥੋਂ ਪਰਾਲੀ ਦਾ ਕੋਈ ਹੱਲ ਨਹੀਂ ਹੁੰਦਾ, ਸਾਨੂੰ ਮਜਬੂਰੀ 'ਚ ਅੱਗ ਲਾਉਣੀ ਪੈਂਦੀ, ਸਾਨੂੰ ਕੋਈ ਸ਼ੌਂਕ ਨਹੀਂ। ਰਾਵਣ ਮਚਾ ਕੇ ਤਾਂ ਸਾਰੇ ਮਚਾਉਣਗੇ ਜੀ, ਉਦੋਂ ਹੀ ਪ੍ਰਦੂਸ਼ਣ ਹੋਊਗਾ ਜੀ, ਸਾਨੂੰ ਵੀ ਪਰਾਲੀ ਦਾ ਹੀ ਕਰਨਾ, ਮਜਬੂਰੀ ਹੈ ਸਾਰਾ ਸਾਡੀ ਵੀ।